ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਵੇਰ ਦਾ ਟਾਈਮ ਹੈ ਔਰ ਸਭ ਨੂੰ ਗੁੱਡ ਮੋਰਨਿੰਗ ਜੀ। ਅਤੇ ਅੱਜ ਵਾਲਾ ਵਲੋਗ ਤੁਸੀਂ ਪੂਰਾ ਜ਼ਰੂਰ ਦੇਖਿਓ, ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਜੀ। ਜਿਵੇਂ ਤੁਸੀਂ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ, ਅਤੇ ਅੱਜ ਆਪਾਂ ਤੁਹਾਡੇ ਕਮੈਂਟਸ 'ਤੇ ਰਿਪਲਾਈ ਵੀ ਕਰਾਂਗੇ। ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ, ਅਤੇ ਬੈੱਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਹਰ ਵਲੋਗ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ। ਅਤੇ ਲਓ ਜੀ, ਇਹ ਵਾਲਾ ਵਲੋਗ ਆਪਾਂ ਸ਼ੁਰੂ ਕੀਤਾ ਸੀ ਐਤਵਾਰ ਨੂੰ, ਅਤੇ ਸ਼ੁਰੂ ਕਰ ਲਿਆ ਸੀਗਾ, ਪਰ ਉਸ ਤੋਂ ਬਾਅਦ ਆਪਾਂ ਪੇਂਟਿੰਗ ਵਾਲਾ ਵਲੋਗ ਜਿਹੜਾ, ਜਿਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਬਹੁਤ ਸੋਹਣੇ ਕਮੈਂਟ ਕੀਤੇ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਰਿਪਲਾਈ ਆਪਾਂ ਕਰਾਂਗੇ ਅੱਜ ਵਾਲੇ ਵਲੋਗ ਦੇ ਵਿੱਚ। ਅਤੇ ਹਾਂਜੀ, ਇਹ ਵਲੋਗ ਆਪਾਂ ਸ਼ੁਰੂ ਤੋਂ ਕਰ ਲਿਆ ਸੀ, ਪਰ ਉਸ ਤੋਂ ਬਾਅਦ ਆਪਾਂ ਪੇਂਟਿੰਗ ਜਿਹੜਾ ਸੀਗਾ, ਸੂਟ ਪੇਂਟ ਕਰ ਰਹੇ ਸੀ, ਉਹ ਵਾਲਾ ਵਲੋਗ ਸ਼ੁਰੂ ਕਰ ਲਿਆ। ਫਿਰ ਮੈਂ ਸੋਚਿਆ ਵੀ ਅਗਰ ਇਹਦੇ ਵਿੱਚ ਐਡ ਕਰਾਂਗੇ ਤਾਂ ਇਹ ਬਹੁਤ ਜ਼ਿਆਦਾ ਲੰਬਾ ਵਲੋਗ ਬਣ ਜਾਣਾ ਆ, ਇਸ ਕਰਕੇ ਮੈਂ ਅੱਜ ਵਾਲੇ ਵਲੋਗ ਦੇ ਵਿੱਚ, ਸੋਮਵਾਰ ਵਾਲੇ ਵਲੋਗ ਦੇ ਵਿੱਚ ਇਹ ਵਾਲੀ ਕਲਿੱਪ ਜਿਹੜੀ ਹੈ ਐਡ ਕਰ ਰਹੀ ਹਾਂ। ਅਤੇ ਇੱਥੇ ਮੈਂ ਝਾੜੂ ਕੱਢਦੀ ਕੱਢਦੀ ਨਾਲ ਹੀ ਮੈਂ ਕਰ ਰਹੀ ਸੀਗੀ ਗਾਰਡਨਿੰਗ, ਗਮਲਿਆਂ ਦੀ ਸਾਫ਼ ਸਫਾਈ ਜਿਹੜੀ ਕਰਨ ਵਾਲੀ ਸੀਗੀ ਉਹ ਵੀ ਕਰ ਰਹੀ ਸੀ, ਕਿਉਂਕਿ ਨਾ ਘਾਹ ਜਿਹਾ ਬਹੁਤ ਹੋ ਜਾਂਦਾ, ਥੋੜ੍ਹੇ ਦਿਨਾਂ ਬਾਅਦ ਕਰਨੀ ਪੈਂਦੀ ਆ। ਜਿਹੜਾ ਬਾਹਰ ਗਾਰਡਨ ਹੈ ਅਤੇ ਜਿਹੜਾ ਹੱਥ ਦੇ ਵਿੱਚ ਗਾਰਡਨ ਆ, ਉੱਥੇ ਤਾਂ ਰਾਜਿੰਦਰ ਹੀ ਕਰਦੇ ਹੁੰਦੇ, ਉੱਥੇ ਤਾਂ ਮੇਰਾ ਇੰਨਾ ਟਾਈਮ ਨਹੀਂ ਹੁੰਦਾ ਵੀ ਮੈਂ ਕਰਕੇ ਆਵਾਂ। ਅਤੇ ਇੱਥੇ ਜ਼ਰੂਰ ਮੈਂ ਤੁਰੀ ਫਿਰਦੀ ਕਈ ਵਾਰ ਵਿੱਚ ਦੀ ਕਰ ਦਿੰਦੀ ਹੁੰਦੀ, ਘਾਹ ਵਗੈਰਾ ਕੱਢ ਦਿੰਦੀ ਹੁੰਦੀ ਹਾਂ। ਚਲੋ ਜੀ, ਹੁਣ ਆਪਾਂ ਕਰਦੇ ਹਾਂ ਸਭ ਦੇ ਕਮੈਂਟਸ ਅਤੇ ਰਿਪਲਾਈ, ਬਣੇ ਰਹੇ ਵਲੋਗ ਦੇ ਵਿੱਚ ਜੀ, ਅਤੇ ਪੂਰਾ ਵਲੋਗ ਜ਼ਰੂਰ ਦੇਖਿਓ ਜੀ, ਲਾਈਕ ਕਰ ਦੇਣਾ ਬਾਅਦ ਵਿੱਚ। ਹਾਂਜੀ, ਸਭ ਤੋਂ ਪਹਿਲਾਂ ਰਾਜਵੀਰ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਆਪਾਂ ਨੂੰ ਸਪੋਰਟ ਕਰਨ ਵਾਸਤੇ। ਅਤੇ ਨਕਸ਼ਦੀਪ ਆਈਡੀ ਤੋਂ ਤੁਹਾਡਾ ਵੀ ਦੀਦੀ ਬਹੁਤ ਬਹੁਤ ਥੈਂਕ ਯੂ ਜੀ, ਤੁਸੀਂ ਕਮੈਂਟ ਕੀਤਾ ਵੀ ਸਦਾ ਖੁਸ਼ ਰਹੋ, ਰੱਬ ਤੁਹਾਨੂੰ ਵੀ ਹਮੇਸ਼ਾ ਖੁਸ਼ ਰੱਖੇ, ਸਦਾ ਹੱਸਦੇ ਵਸਦੇ ਰਹੋ ਜੀ, ਬਹੁਤ ਸੋਹਣੇ ਲੱਗਦੇ ਹੋ ਤੁਸੀਂ ਆਪਾਂ ਨੂੰ। ਅਤੇ ਇੱਕ ਤੁਸੀਂ ਕਿਹਾ ਵੀ ਕਿੰਨਾ ਸੋਹਣਾ ਸੂਟ ਪੇਂਟ ਕੀਤਾ, ਬਹੁਤ ਪਿਆਰ ਦਿੱਤਾ ਸਭ ਨੇ ਉਸ ਵਲੋਗ ਨੂੰ, ਥੈਂਕ ਯੂ ਜੀ ਤੁਹਾਡਾ। ਹਾਲਾਂਕਿ ਮੈਂ ਹੁਣ ਕਾਫੀ ਟਾਈਮ ਬਾਅਦ ਕਰ ਰਹੀ ਹਾਂ ਅਤੇ ਮੇਰੇ ਕੋਲ ਉਨਾ ਮਤਲਬ ਕਿ ਜਿਵੇਂ ਕਹਿ ਦਈਏ ਐਕਸਪੀਰੀਅੰਸ ਨਹੀਂ ਰਿਹਾ ਜਿੱਦਾਂ ਮੈਂ ਪਹਿਲਾਂ ਕਰਦੀ ਹੁੰਦੀ ਸੀਗੀ, ਪਰ ਫਿਰ ਵੀ ਕੋਸ਼ਿਸ਼ ਕੀਤੀ ਆਪਦੇ ਵੱਲੋਂ ਵਧੀਆ ਬਣਾਉਣ ਦੀ, ਅਤੇ ਤੁਸੀਂ ਵੀ ਸੋਹਣੇ ਕਮੈਂਟ ਕੀਤੇ ਆ। ਅਤੇ ਤੁਸੀਂ ਮੈਨੂੰ ਪੁੱਛਿਆ ਵੀ ਸਿਹਤ ਠੀਕ ਹੋਵੇ ਤਾਂ ਘਰ ਵੀ ਵਧੀਆ ਲੱਗਦਾ, ਸਹੀ ਗੱਲ ਹੈ, ਸਿਹਤ ਦੇ ਨਾਲ ਹੀ ਸਾਰੀ ਫੈਮਿਲੀ ਜਿਹੜਾ ਪਰਿਵਾਰ ਚੰਗਾ ਲੱਗਦਾ, ਵਧੀਆ ਲੱਗਦਾ ਆ। ਅਤੇ ਇੱਥੇ ਦੇਖੋ ਮੈਂ ਘਾਹ ਇਹਦੇ ਵਿੱਚ ਵੀ, ਨੀਲਕੰਠ ਵਾਲੇ ਪਲਾਂਟ ਦੇ ਵਿੱਚ ਵੀ ਸੀਗਾ, ਇਹ ਵੀ ਕੱਢਤਾ ਮੈਂ ਕਿ ਇਹਨੂੰ ਵੀ ਸਾਫ਼ ਕਰਦਾ। ਅਤੇ ਇਹਦੇ ਵਿੱਚ ਹੁਣ ਇੱਕ ਬਸ ਦੋ ਪਲਾਂਟ ਜਿਹੜੇ ਰਹਿ ਗਏ, ਪਹਿਲਾਂ ਤਾਂ ਬਹੁਤ ਲੱਗੇ ਹੋਏ ਸੀਗੇ, ਹੁਣ ਸਾਰੇ ਖਾਲੀ ਕਰਤੇ, ਫਿਰ ਇੱਕ ਪਲਾਂਟ ਨੂੰ ਜਿਹੜੀ ਆ ਜਗ੍ਹਾ ਮਿਲ ਜਾਂਦੀ ਹੈ। ਅਤੇ ਫਿਰ ਆਪਾਂ ਬਾਅਦ ਵਿੱਚ ਸਾਰਿਆਂ ਦੀ ਰਿਪਲਾਈ ਵੀ ਕਰਾਂਗੇ। ਫਿਲਹਾਲ ਤੁਹਾਨੂੰ ਮੈਂ ਦੱਸ ਰਹੀ ਸੀ ਵੀ ਇਹ ਕਿਹੜਾ ਪਲਾਂਟ ਹੈ, ਇਹ ਆਪਾਂ ਲਿਆਈ ਸੀ ਟਹਿਣੀ ਭੂਆ ਜੀ ਹੁਣਾਂ ਕੋਲੋਂ, ਅਤੇ ਉਸ ਟਹਿਣੀ ਤੋਂ ਹੀ ਦੋ ਤਿੰਨ ਗਮਲਿਆਂ ਦੇ ਵਿੱਚ ਵਧੀਆ ਪਲਾਂਟ ਹੋ ਗਿਆ। ਅਤੇ ਸੋਲ ਜਿਹਾ ਬਹੁਤ ਹੈ, ਮਾੜੇ ਜਿਹੇ ਨੇ ਹੱਥ ਲਾਏ ਤਾਂ ਟੁੱਟ ਜੇ ਜਾਂਦਾ ਆ। ਦੇਖੋ ਤੋਰੀ ਦੀ ਵੇਲ ਨੂੰ ਤੋਰੀ ਲੱਗੀ ਪਈ ਇੱਧਰ, ਅਤੇ ਆ ਗਏ ਫੁੱਲ ਖਿੜ ਰਹੇ ਸੋਹਣੇ ਸੋਹਣੇ, ਇੱਧਰ ਇੱਕ ਆਹ ਲੱਗੀ ਪਈ ਆ। ਇੱਕ ਦੋ ਦਿਨਾਂ ਦੇ ਵਿੱਚ ਹੀ ਇਹਦੇ ਵਿੱਚ ਇੰਨੀ ਇੰਨੀ ਬੂਟੀ ਉੱਗੀ ਹੁੰਦੀ। ਇਹ ਆਪਾਂ ਨਿੰਬੂ ਦਾ ਪਲਾਂਟ ਲਾਇਆ ਸੀਗਾ, ਇਸ ਦੇ ਵਿੱਚ ਉੱਗਿਆ ਹੀ ਹੈ, ਇਸ ਨੂੰ ਮੈਂ ਕਿਆ ਕਰਦਾ ਸਾਫ਼। ਰੰਬੀ ਮੈਨੂੰ ਲੱਭੀ ਨਹੀਂ ਜਾਂਦੀ ਕਿੱਧਰ ਗਈ। ਇਹ ਆ ਗਈ ਆ ਤੋਰੀਆਂ ਦੀ ਸਬਜ਼ੀ, ਇਹਨੂੰ ਧੋ ਕੇ ਹੁਣ ਰੱਖਦੇ। ਹਰੀਆਂ ਹਰੀਆਂ ਤੋਰੀਆਂ, ਇਹ ਨਿਕਲ ਗਈ ਪੱਕੀ, ਇਸਨੂੰ ਪਾ ਦਾਂਗੇ ਕੁੱਕੜਾਂ ਨੂੰ। ਇਹੋ ਨਾਲ ਹੀ ਗਾਰਡਨ ਵਿੱਚੋਂ ਤੋੜ ਲਿਆ ਭਿੰਡੀਆਂ, ਇੱਕ ਦੋ ਪੱਕੀਆਂ ਵਿੱਚੋਂ ਕੱਢ ਦਾਂਗੇ, ਥੋੜ੍ਹੀਆਂ ਥੋੜ੍ਹੀਆਂ ਜ਼ਿਆਦਾ ਪੱਕ ਜਾਂਦੀਆਂ ਹੈ ਨਾ,
ਅਤੇ ਬਾਕੀ ਇਹ ਵੀ ਘਰ ਦੀ ਸਬਜ਼ੀ ਦਾ ਫਾਇਦਾ ਹੋ ਜਾਂਦਾ, ਇਹ ਨਹੀਂ ਗਾ ਵੀ ਕੋਈ ਘਰ ਗੈਸਟ ਆ ਗਏ ਤਾਂ ਆਪਾਂ ਨੂੰ ਬਾਜ਼ਾਰ ਭੱਜਣਾ ਪਊਗਾ ਨਾ। ਉਹ ਵਧੀਆ ਬਸ ਦੋ ਤਿੰਨ ਪੱਕੀਆਂ ਵਿੱਚੋਂ ਕੱਢ ਦਾਂਗੇ, ਬਾਕੀ ਵਧੀਆ ਬਣ ਜਾਂਦੀਆਂ। ਇੱਧਰ ਪਹੁੰਚ ਗਈ ਹੈ ਚੱਕੀ ਆਟਾ ਪੀਣ ਵਾਸਤੇ, ਆਟਾ ਮੁੱਕ ਗਿਆ। ਅਤੇ ਲਓ ਜੀ, ਦਿਨ ਇੱਥੇ ਸੋਮਵਾਰ ਹੋ ਗਿਆ ਅਤੇ ਮੈਂ ਇੱਧਰ ਝਾੜੂ ਕੱਢ ਰਹੀ ਹਾਂ। ਅਤੇ ਪੋਚੇ ਤਾਂ ਬਹੁਤ ਦਿਨ ਹੋ ਗਏ ਲਾ ਨਹੀਂ ਹੋਏ ਮੇਰੇ ਤੋਂ, ਕਿਉਂਕਿ ਇੱਕ ਤਾਂ ਮੇਰੀ ਤਬੀਅਤ ਠੀਕ ਨਹੀਂ ਆ, ਦੂਸਰੀ ਇਹ ਵੀ ਸਾਡੇ ਪਾਣੀ ਘੱਟ ਹੈ। ਅਤੇ ਦੇਖੋ ਕੰਧਾਂ ਤੋਂ ਰੰਗ ਜਿਵੇਂ ਕਿਵੇਂ ਪੱਪੜੀਆਂ ਬਣੀਆਂ ਪਈਆਂ, ਬਸ ਉੱਡ ਰਿਹਾ ਹੈ। ਵੈਸੇ ਬਹੁਤ ਜਿਹੜੀ ਸੇਮ ਜੀ ਚੜ੍ਹੀ ਹੋਈ ਹੈ। ਅਤੇ ਹੁਣ ਮੈਂ ਤੁਹਾਨੂੰ ਦਿਖਾਊਂਗੀ ਪੀੜ੍ਹੀ ਇੱਕ, ਅਤੇ ਉਹ ਪੀੜ੍ਹੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੰਨੇ ਕਿੰਨਾ ਦੇ ਘਰਾਂ ਵਿੱਚ ਪੀੜ੍ਹੀ ਹੈਗੀ ਆ। ਅੱਜ ਦੇ ਟਾਈਮ ਦੇ ਵਿੱਚ ਵੀ ਤੁਸੀਂ ਯੂਜ਼ ਕਰਦੇ ਹੋ ਜਾਂ ਰੱਖੀ ਹੋਈ ਹੈ ਜਾਂ ਨਹੀਂ ਰੱਖੀ, ਤੁਸੀਂ ਜ਼ਰੂਰ ਦੱਸਿਓ ਜੀ। ਜਿੱਦਾਂ ਪਹਿਲਾਂ ਵਾਲੇ ਟਾਈਮ 'ਚ ਤਾਂ ਪੀੜ੍ਹੀਆਂ ਫੱਟੀਆਂ ਹੁੰਦੀਆਂ ਸੀ ਨਾ, ਅਤੇ ਹੁਣ ਪੀੜ੍ਹੀਆਂ ਦੀ ਜਗ੍ਹਾ ਜਿਹੜੀ ਆ ਸਟੂਲਾਂ ਨੇ ਚੇਅਰਸ ਨੇ ਲੈ ਲਈ ਆ, ਡਾਇਨਿੰਗ ਟੇਬਲ ਲੱਗ ਗਿਆ ਰਸੋਈਆਂ ਦੇ ਵਿੱਚ। ਅਤੇ ਆਪਾਂ ਇਹ ਪੀੜ੍ਹੀ ਰੱਖੀ ਹੋਈ ਆ, ਹੁਣ ਵਰਤਦੇ ਤਾਂ ਨਹੀਂ ਕਿਉਂਕਿ ਇਹ ਥੋੜ੍ਹੀ ਜਿਹੀ ਨੀਵੀਂ ਵਾਲੀ ਆ, ਇਸ 'ਤੇ ਬੈਠਣਾ ਉੱਠਣਾ ਔਖਾ ਹੋ ਜਾਂਦਾ ਆ। ਅਤੇ ਇਸ 'ਤੇ ਮੈਂ ਕੱਪੜਾ ਪੁਰਾਣਾ ਜਿਹਾ ਕੱਪੜਾ ਸੀ ਕੇ ਅਤੇ ਰੱਖੀ ਸੀ, ਕਿਉਂਕਿ ਲੋਕਡਾਊਨ 'ਚ ਨਾ ਅਸੀਂ ਬਿੱਲੀ ਪਾਲੀ ਸੀਗੀ, ਅਤੇ ਉਹ ਬਿੱਲੀ ਨੂੰ ਇਸ ਪੀੜ੍ਹੀ 'ਤੇ ਬਿਠਾ ਦਿੰਦੇ ਹੁੰਦੇ ਸੀਗੇ। ਬਸ ਉਦੋਂ ਦੀ ਐਵੇਂ ਪਈ ਹੈ, ਨਾ ਇਹ ਮੁੜ ਕੇ ਸਾਫ਼ ਕੀਤੀ, ਬਸ ਐਂ ਰੱਖੀ ਕਿ ਇਹਦੇ ਵਰਤੀ ਦੀ ਆ, ਬਸ ਬਿੱਲੀ ਵਾਸਤੇ ਹੀ ਇਸ 'ਤੇ ਕੱਪੜਾ ਵਗੈਰਾ ਚੜ੍ਹਾਇਆ ਸੀ। ਮੈਂ ਪੁੱਲਾ ਕਰਤਾ ਸੀ ਬਿਲਕੁਲ, ਮੈਂ ਕਿਹਾ ਬਹਿਣਾ ਸੌਖਾ ਹੋ ਜੂਗਾ, ਅਤੇ ਮੈਂ ਕਿਹਾ ਚਲੋ ਅੱਜ ਇਹਨੂੰ ਝਾੜ ਦਿੰਦੀ ਹਾਂ। ਨਾਲੇ ਤੁਹਾਨੂੰ ਵੀ ਪੁੱਛਦੀ ਹਾਂ ਵੀ ਤੁਸੀਂ ਵੀ ਆਪਣੇ ਘਰ ਪੀੜ੍ਹੀ ਰੱਖ ਛੱਡੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਜੋ ਤੁਹਾਡੇ ਘਰ ਹੈਗੀ ਹੈ ਤੁਸੀਂ ਵਰਤਦੇ ਹਾਂ ਜਾਂ ਨਹੀਂ ਵਰਤਦੇ ਗੇ। ਅਤੇ ਇੱਥੇ ਜੀ ਆਪਾਂ ਲਾਗੇ ਸੀ ਕਿ ਲੱਸੀ ਦੀ ਤਿਆਰੀ ਕਰਨ ਵਾਸਤੇ ਚਿੱਬਾਂ ਚਟਨੀ ਕੁੱਟ ਲਈ ਸੀਗੀ, ਅਤੇ ਮੈਂ ਕਿਹਾ ਇਸ ਨੂੰ ਮੈਂ ਕੱਢ ਕੇ ਕੋਲੀ ਵਿੱਚ ਅਤੇ ਕੁੰਡਾ ਚੰਗੀ ਤਰ੍ਹਾਂ ਧੋ ਕੇ ਰੱਖ ਦਿੰਦੀ ਹਾਂ। ਅਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਬਾਕੀ ਜਿਹੜੇ ਕਮੈਂਟਸ ਦੇ ਰਿਪਲਾਈ ਇਹਨਾਂ ਦਾ ਵੀ। ਹਾਂਜੀ, ਨਕਸ਼ਦੀਪ ਦੀਦੀ ਨੇ ਬਹੁਤ ਸੋਹਣੇ ਕਮੈਂਟ ਕੀਤੇ ਆ। ਅਤੇ ਉਸ ਤੋਂ ਬਾਅਦ ਹੈਗਾ ਜੀ ਗੁਰਫਤਿਹ ਵੀਰ ਵਲੋਗ ਆਈ ਡੀ ਤੋਂ, ਤੁਸੀਂ ਆਪਾਂ ਨੂੰ ਕਿਹਾ ਵੀ ਕਣਕ ਧੋ ਕੇ ਹੀ ਬਣਾਉਣੀ ਚਾਹੀਦੀ ਹੈ। ਸਹੀ ਗੱਲ ਹੈ ਜੀ, ਕਣਕ ਦੇ ਵਿੱਚ ਮਿੱਟੀ ਅਤੇ ਹੋਰ ਵੀ ਕਈ ਹੁੰਦਾ ਨਾ, ਰੇਤਾ ਵਗੈਰਾ ਬਹੁਤ ਹੁੰਦਾ, ਅਤੇ ਧੋ ਕੇ ਕੈਮੀਕਲ ਵਗੈਰਾ ਜਿਹੜੇ ਹੁੰਦੇ ਆ ਸਾਰੇ ਨਸ਼ਟ ਹੋ ਜਾਂਦੇ ਆ, ਇਸ ਕਰਕੇ ਆਪਾਂ ਧੋ ਕੇ ਹੀ ਪੀਣ ਬਣਾਉਂਦੇ ਹਾਂ। ਅਤੇ ਫੁਲਕੇ ਵੀ ਬਹੁਤ ਵਧੀਆ ਸੌਫਟ ਸੌਫਟ ਬਣਦੇ ਆ ਫਿਰ। ਅਤੇ ਪੰਜਾਬੀ ਕਿਚਨ ਵਲੋਗ ਆਈ ਡੀ ਤੋਂ ਵਾਹਿਗੁਰੂ, ਤੁਸੀਂ ਕਿਹਾ ਵੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਵਾਹਿਗੁਰੂ ਅੱਗੇ ਅਰਦਾਸ ਇਹ ਕਰਦੇ ਹਾਂ ਵੀ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਵਿੱਚ ਰਹੋ, ਖੁਸ਼ ਰਹੋ ਆਪਦੀ ਜ਼ਿੰਦਗੀ ਦੇ ਵਿੱਚ। ਅਤੇ ਮਿੰਨੀ ਵਲੋਗ ਆਈ ਡੀ ਤੋਂ ਪੇਂਟਿੰਗ ਬਹੁਤ ਸੋਹਣੀ ਕੀਤੀ ਹੈ, ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ ਜੋ ਤੁਸੀਂ ਆਪਣੀ ਜਿੱਦਾਂ ਦੀ ਕੀਤੀ ਹੈ, ਪਸੰਦ ਕੀਤੀ ਆ। ਅਤੇ ਇੱਕ ਤੁਸੀਂ ਅੱਜ ਕਮੈਂਟ ਕੀਤਾ ਹੈ ਕਿ ਦੀਦੀ ਤੁਸੀਂ ਚਸ਼ਮਾ ਲਾ ਕੇ ਅਤੇ ਗਿਆਨੀ ਦੇ ਟੀਚਰ ਲੱਗਦੇ ਹਾਂ। ਸਹੀ ਕਿਹਾ ਤੁਸੀਂ ਵੀ ਟੀਚਰ ਲੱਗਦੇ, ਮੈਂ ਸੱਚਮੁੱਚ ਹੀ ਟੀਚਰ ਹੈ। ਹਾਂ, ਹੁਣ ਮੈਂ ਜੋਬ ਨਹੀਂ ਕਰਦੀ, ਹੁਣ ਮੈਂ ਘਰ ਟਿਊਸ਼ਨ ਪੜ੍ਹਾਉਂਦੀ ਹਾਂ ਬੱਚਿਆਂ ਨੂੰ। ਤੁਸੀਂ ਮੇਰਾ ਇੰਟਰੋਡਕਸ਼ਨ ਵਾਲਾ ਵਲੋਗ ਜ਼ਰੂਰ ਦੇਖਿਓ, ਤੁਹਾਨੂੰ ਪਤਾ ਲੱਗ ਜੂਗਾ ਵੀ ਆਪਾਂ ਕੀ ਕੰਮ ਕਰਦੇ ਹਾਂ ਜੀ। ਰਾਜਵੰਤ ਕੌਰ ਆਈ ਡੀ ਤੋਂ ਤੁਸੀਂ ਆਪਾਂ ਨੂੰ ਪੇਂਟਿੰਗ ਬਾਰੇ ਦੱਸਿਆ ਸੀ, ਤੁਹਾਡੀ ਆਪਾਂ ਇੱਛਾ ਪੂਰੀ ਕਰਤੀ ਹੈ ਜੀ, ਪੇਂਟਿੰਗ 'ਤੇ ਇੱਕ ਵਲੋਗ ਬਣਾਤਾ ਹੈ, ਆਸ਼ਾ ਕਰਦੀ ਹਾਂ ਤੁਹਾਨੂੰ ਪਸੰਦ ਆਊਗਾ, ਤੁਸੀਂ ਜ਼ਰੂਰ ਦੇਖਿਓ ਜੀ। ਪਾਲ ਵਲੋਗ ਚਹਿਲ ਆਈ ਡੀ ਤੋਂ ਤੁਸੀਂ ਆਪਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਵੈਸੇ ਤਾਂ ਆਪਾਂ ਇੰਟਰੋਡਕਸ਼ਨ ਦਾ ਜਿਹੜਾ ਵਲੋਗ ਪਾ ਰੱਖਿਆ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ 'ਤੇ ਜਾ ਕੇ। ਅਤੇ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਆਪਾਂ ਗੰਗਾਨਗਰ ਜ਼ਿਲ੍ਹੇ ਵਿੱਚ, ਡਿਸਟ੍ਰਿਕਟ ਗੰਗਾਨਗਰ, ਅਤੇ ਸਿਟੀ ਹੈਗਾ ਕਰਨਪੁਰ ਦੇ ਕੋਲ, ਪਿੰਡ ਹੈਗਾ ਬੁਰਜਵਾਲਾ ਜੀ, ਸਾਡਾ ਬਾਰਡਰ ਦੇ ਨੇੜੇ ਪੈ ਜਾਂਦਾ ਜੀ, ਉੱਥੋਂ ਅਸੀਂ ਬਿਲੋਂਗ ਕਰਦੇ ਹਾਂ। ਅਤੇ ਜਸਵਿੰਦਰ ਬੁਟੀਕ ਵਲੋਗ ਆਈ ਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ, ਪਿਆਰੇ ਜਿਹੇ ਜਿਹੜੇ ਤੁਸੀਂ ਕਮੈਂਟ ਕਰਦੇ ਹੋ, ਬਹੁਤ ਵਧੀਆ ਲੱਗਦਾ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ। ਉਮਾ ਭਾਰਤਵਾਜ ਆਈ ਡੀ ਤੋਂ ਨਾਈਸ ਵੀਡੀਓ, ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਵਧੀਆ। ਤੁਸੀਂ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।
ਗੁਲਸ਼ਾਨ ਨਾਗਰ ਆਈ ਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਪਿਆਰੇ ਪਿਆਰੇ ਕਮੈਂਟ ਕਰਨ ਵਾਸਤੇ ਅਤੇ ਸਦਾ ਹੀ ਆਪਣੇ ਵਲੋਗ ਨੂੰ ਪਿਆਰ ਦਿੰਦੇ ਰਹੋ ਜੀ। ਕੁਲਜੀਤ ਆਈ ਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਸਿਸਟਰ, ਬਹੁਤ ਬਿਜ਼ੀ ਹੋ ਗਏ ਅੱਜ ਕੱਲ੍ਹ ਤੁਸੀਂ। ਅਤੇ ਪੰਜਾਬੀ ਕਿਚਨ ਵਲੋਗ ਆਈ ਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ। ਦੀਪੂ ਅੰਮੂ ਵਲੋਗ ਆਈ ਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ। ਸਾਬੀ ਰੰਧਾਵਾ ਆਈ ਡੀ ਤੋਂ ਥੈਂਕ ਯੂ ਜੀ, ਤੁਹਾਡਾ ਵੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਅਤੇ ਨਿਰਮਲ ਢਿੱਲੋਂ ਆਈ ਡੀ ਤੋਂ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ। ਬਰਨਾਲਾਜ ਫੈਮਿਲੀ ਵਲੋਗ ਆਈ ਡੀ ਤੋਂ ਤੁਸੀਂ ਕਿਹਾ ਵੀ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ, ਅਤੇ ਥੈਂਕ ਯੂ ਜੀ, ਅਸੀਂ ਵੀ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ। ਅਤੇ ਇੱਦਾਂ ਹੀ ਪਿਆਰੇ ਪਿਆਰੇ ਕਮੈਂਟ ਕਰਦੇ ਰਹੋ, ਅਤੇ ਆਉਣ ਵਾਲੇ ਵਲੋਗ ਨੂੰ ਵੀ ਇੱਦਾਂ ਹੀ ਪਿਆਰ ਕਰਿਓ ਜੀ। ਜਸਪ੍ਰੀਤ ਪੰਜਾਬੀ ਬੁਟੀਕ ਆਈ ਡੀ ਤੋਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਦੀਦੀ, ਬਹੁਤ ਵਧੀਆ ਲੱਗਦਾ, ਰੱਬ ਤੁਹਾਨੂੰ ਤਰੱਕੀਆਂ ਦੇਵੇ ਹਮੇਸ਼ਾ। ਰਾਹੁਲ ਆਈ ਡੀ ਤੋਂ ਵਾਹਿਗੁਰੂ ਜੀ ਤੁਸੀਂ ਕਮੈਂਟ ਕੀਤਾ ਆ, ਥੈਂਕ ਯੂ ਜੀ, ਅਤੇ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ। ਗੁਰਲੀਨ ਗਿੱਲ ਆਈ ਡੀ ਤੋਂ ਦੀਦੀ ਤੁਹਾਡਾ ਵੀ ਬਹੁਤ ਸਪੋਰਟ ਆਪਾਂ ਨੂੰ ਮਿਲ ਰਿਹਾ, ਥੈਂਕ ਯੂ ਜੀ। ਅਲ ਔਲਖ ਸੂਟ ਡਿਜ਼ਾਇਨ ਆਈ ਡੀ ਤੋਂ, ਹਾਂਜੀ ਅਸੀਂ ਤੁਹਾਡਾ ਵੀ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰ ਲਿਆ, ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ ਜੋ ਤੁਸੀਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਕੀਤਾ, ਅਤੇ ਪਲੀਜ਼ ਸਪੋਰਟ ਵੀ ਕਰਿਓ ਵਲੋਗਸ ਨੂੰ। ਅਤੇ ਸਿਮਰਨਜੀਤ ਆਈ ਡੀ ਤੋਂ ਤੁਸੀਂ ਕਿਹਾ ਕਿ ਵੱਡੇ ਕਮਰੇ ਨੂੰ ਸੁਆਦ ਕਹਿੰਦੇ, ਹਾਂਜੀ ਬਿਲਕੁਲ ਸਹੀ ਕਿਹਾ ਜੀ, ਆਪਾਂ ਤਾਂ ਇੱਥੇ ਜਿਹੜੇ ਵੱਡੇ ਕਮਰੇ ਉਹਨਾਂ ਨੂੰ ਸੁਆਦ ਕਹਿੰਦੇ ਹਾਂ, ਦੁਆਬੇ ਵਿੱਚ ਉਸਨੂੰ ਦਲਾਨ ਕਹਿੰਦੇ ਹੁੰਦੇ ਆ। ਬਹੁਤ ਸੋਹਣਾ ਲੱਗਿਆ ਤੁਹਾਡਾ ਕਮੈਂਟ ਜੀ। ਲਓ ਜੀ ਇੱਥੇ ਆਪਾਂ ਕੱਪੜੇ ਪ੍ਰੈਸ ਕਰ ਲਏ ਸੀਗੇ ਅਤੇ ਰੱਖੇ ਸੀਗੇ, ਹਜੇ ਸੰਭਾਲਣ ਵਾਲੇ ਰਹਿੰਦੇ ਸੀਗੇ। ਪਹਿਲਾਂ ਮੈਂ ਸੋਚਿਆ ਵੀ ਆਹ ਜਿਹੜਾ ਥੋੜ੍ਹੀ ਜਿਹੀ ਆਊਟਲਾਈਨ ਰਹਿੰਦੀ ਸੀਗੀ ਮੈਰੂਨ ਕਲਰ ਦੀ, ਅਤੇ ਇਹਨੂੰ ਕਰਕੇ ਇਹਦਾ ਕੰਮ ਤਾਂ ਨਿਬੇੜਾ ਨਾ, ਸੂਟ ਤਾਂ ਤੈਂ ਲਾ ਕੇ ਰੱਖਾ ਇਹਨੂੰ ਸੁਕਾ ਕੇ, ਕਿਉਂਕਿ ਫਿਰ ਐਂ ਲੱਗਦਾ ਰਹਿੰਦਾ ਵੀ ਹਾਏ ਕੰਮ ਵਿੱਚ ਹੀ ਪਿਆ, ਕਿਉਂਕਿ ਹੁਣ ਮੇਰੇ ਬੱਚੇ ਵੀ ਟਿਊਸ਼ਨ ਵੱਲ ਜਲਦੀ ਆ ਜਾਂਦੇ ਆ, ਕਿਉਂਕਿ ਉਹਨਾਂ ਦੇ ਇਗਜ਼ਾਮ ਸਟਾਰਟ ਹੋਣ ਵਾਲੇ ਆ, ਅਤੇ ਇਸ ਕਰਕੇ 4 ਵਜੇ ਮੈਂ ਟਿਊਸ਼ਨ ਸ਼ੁਰੂ ਕਰ ਦਿੰਦੀ ਹਾਂ। ਵੈਸੇ ਵੀ ਸ਼ਾਮ ਨੂੰ ਨਾ ਥੋੜ੍ਹਾ ਜਿਹਾ ਦਿਨ ਅੱਜ ਕੱਲ੍ਹ ਜਿਵੇਂ ਟਾਈਮ ਦਾ ਚੇਂਜ ਹੋ ਗਿਆ ਹੈ ਨਾ, ਸ਼ਾਮ ਨੂੰ ਹਨੇਰਾ ਛੇਤੀ ਹੋ ਜਾਂਦਾ, ਇਸ ਕਰਕੇ ਮੈਂ ਟਾਈਮ ਟਿਊਸ਼ਨ ਦਾ ਚੇਂਜ ਕਰਤਾ। ਇਸ ਕਰਕੇ ਦੁਪਹਿਰ ਨੂੰ ਵੈਸੇ ਮੇਰੇ ਕੋਲ 2-3 ਘੰਟੇ ਹੁੰਦੇ ਆ, ਜਿਸ ਵਿੱਚ ਮੈਂ ਕਿਚਨ ਦੇ ਕੰਮ ਕਾਜ ਵੀ ਕਰਨੇ ਹੁੰਦੇ ਆ, ਅਤੇ ਜੇ ਕੋਈ ਐਕਸਟਰਾ ਕੰਮ ਉਹ ਵੀ ਕਰਨਾ ਹੁੰਦਾ। ਵੈਸੇ ਵੀ ਕੱਪੜੇ ਪ੍ਰੈਸ ਕਰਨ ਵਾਲੇ ਸਾਰੇ ਜੇ ਕੰਮ ਕਾਫੀ ਹੋ ਜਾਂਦੇ ਆ ਨਾ, ਛੋਟੇ ਮੋਟੇ ਆਪਣੇ ਜਿਹੜੇ ਕੰਮ ਹੈ ਬਹੁਤ ਹੋ ਜਾਂਦੇ ਆ, ਦੇਖਣ ਵਾਲਿਆਂ ਨੂੰ ਤਾਂ ਐਂ ਲੱਗਦਾ ਰਹਿੰਦਾ ਵੀ ਘਰਾਂ ਦੇ ਵਿੱਚ ਕੀ ਕੰਮ ਹੈ। ਆਪਾਂ ਨੂੰ ਤਾਂ ਹਰੇਕ ਚੀਜ਼ ਜਿਹੜੀ ਕਿ ਝਾੜਾ ਪੂੰਜੀ ਕਰਨੀ ਹੈ ਨਾ, ਸਫਾਈਆਂ ਕਰਨੀਆਂ, ਕਿਚਨ ਦੇ ਸਾਰੇ ਕੰਮ ਕਾਜ ਕਰਨੇ, ਸਾਰਾ ਕੁਛ ਦੇਖਣਾ ਪੈਂਦਾ ਆ। ਕਿਸੇ ਨੇ ਕਿਤੇ ਜਾਣਾ, ਜੇ ਕੱਪੜੇ ਪ੍ਰੈਸ ਹੈ ਤਾਂ ਧੋਤੇ ਹੋਏ ਹੈਗੇ ਕਿ ਨਹੀਂ ਹੈਗੇ ਗੇ, ਹੈ ਨਾ, ਅਤੇ ਹਰੇਕ ਚੀਜ਼ ਦਾ ਧਿਆਨ ਰੱਖਣਾ ਪੈਂਦਾ। ਚਲੋ ਮੈਂ ਕਿਹਾ ਇਹ ਕੱਪੜੇ ਜਿਹੜੇ ਮੈਂ ਪ੍ਰੈਸ ਕੀਤੇ ਆ ਇਹਦਾ ਬਾਅਦ 'ਚ ਵੀ ਸੰਭਾਲ ਲੂੰਗੀ, ਪਹਿਲਾਂ ਮੈਂ ਜਿਹੜਾ ਸੂਟ ਦਾ ਕੰਮ ਇਹ ਨਿਬੇੜਨਾ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੈ ਸੰਭਾਲਣਾ ਇਸਨੂੰ। ਕਿੱਥੇ? ਉੱਧਰੋਂ ਛੱਡੀਆਂ ਕੋਲੋਂ ਮਿੱਥੇ ਹੋ ਗਏ, ਇੱਧਰ ਆ ਜਿਹੜੇ ਸੀ ਇਹਨਾਂ 'ਚ ਵੀ ਉੱਗੇ, ਵਿੱਚ ਘਾਹ ਜ਼ਰੂਰ ਹੋ ਜਾਂਦਾ, ਅਤੇ ਇੱਧਰ ਪਾਲਕ ਜਿਹੜੀ ਛੋਟੀ ਛੋਟੀ ਉੱਗੇ ਜੀ, ਐਲੋਵੀਰਾ ਦੇ ਨਾਲ ਪਾਲਕ ਲਾਈ ਸੀ। ਇੱਧਰ ਆ ਦੇਖੋ, ਇੱਧਰ ਹੋ ਗਈ ਗਮਲੇ ਦੇ ਵਿੱਚ ਆ ਵਾਲੀ ਪਾਲਕ ਵੀ ਹੋ ਗਈ। ਮੇਥੇ ਸੁੱਕਣ ਲੱਗ ਗਏ ਪਾਣੀ ਤੋਂ ਬਿਨਾਂ, ਉਸ ਕਿਆਰੀ ਨੂੰ ਪਾਣੀ ਪਾਉਣ ਵਾਲਾ, ਤਾਂ ਹੀ ਤਾਂ ਜਮਾਂ ਹੀ ਸੁੱਕੇ ਪਏ ਆ। ਨਹੀਂ ਅੱਜ ਛਿੜਕ ਦਿੰਦੇ ਹਾਂ, ਵਧੀਆ ਉਹ ਚੱਲ ਪਏ ਸੀਗੇ, ਵਧੀਆ ਹੈ ਨਾ, ਵੱਡੇ ਹੋਣ ਲੱਗ ਗਏ ਸੀਗੇ, ਅੱਜ ਥੋੜ੍ਹਾ ਥੋੜ੍ਹਾ ਪਾ ਦਿੰਦੇ। ਚੱਲ ਛੱਪੜ 'ਤੇ ਲੈ ਜਾ ਕਰੋ, ਮੌਸਮ ਵੀ ਬਦਲ ਗਿਆ, ਪਾਣੀ ਦੀ ਤਾਂ ਵੀ ਕਮੀ।
ਕਦੇ ਪੈਪ ਟੁੱਟ ਗਈ, ਕਦੇ ਨਹਿਰ ਬੰਦ ਹੋ ਗਈ, ਪਾਣੀ ਤਾਂ ਵੀ ਘੱਟ ਰਹਿੰਦਾ। ਉਹ ਲਓ ਕੈਰੀ ਵਾਲੇ ਨੂੰ ਪਾ ਦਿਓ ਥੋੜ੍ਹਾ ਜਿਹਾ, ਚੱਲ ਜਮਾਂ ਹੀ ਸੁੱਕ ਗਏ, ਬੰਦ ਹੋ ਗਿਆ, ਪਾਣੀ ਬਿਨਾ ਬੜਾ ਔਖਾ ਹੋ ਗਿਆ। ਲਓ ਜੀ 8:30 ਦਾ ਟਾਈਮ ਹੋ ਗਿਆ, ਆਪਾਂ ਸਾਰੇ ਕੰਮ ਨਿਬੇੜ ਕੇ ਵਿਹਲੇ ਹੋ ਗਏ ਹਾਂ, ਅਤੇ ਹੁਣ ਆਪਾਂ ਕਰ ਲਈ ਆਪਦੀ ਵੀਡੀਓ ਦੀ ਐਡੀਟਿੰਗ ਵਗੈਰਾ, ਅਤੇ ਵਲੋਗ ਆਪਾਂ ਇਸ ਟਾਈਮ ਹੀ ਜਿਹੜਾ ਸ਼ੈਡਿਊਲ ਕਰਕੇ ਰੱਖ ਦੇਈਦਾ ਹੈ, ਕਿਉਂਕਿ ਸਵੇਰ ਨੂੰ ਬਿਲਕੁਲ ਟਾਈਮ ਨਹੀਂ ਹੁੰਦਾ, ਘਰਾਂ ਦੇ ਕੰਮ ਕਾਜ ਜਿਹੜੇ ਬਹੁਤ ਹੋ ਜਾਂਦੇ ਆ ਜੀ। ਅਤੇ ਆਸ਼ਾ ਕਰਦੀ ਹਾਂ ਤੁਸੀਂ ਆਪਾਂ ਨੂੰ ਪੂਰੀ ਸਪੋਰਟ ਕਰੋਗੇ ਅਤੇ ਪਿਆਰੇ ਪਿਆਰੇ ਕਮੈਂਟਸ ਕਰਦੇ ਰਹੋਗੇ ਜੀ। ਇਸ ਦੇ ਨਾਲ ਹੀ ਅੱਜ ਵਾਲੇ ਵਲੋਗ ਦਾ ਆਪਾਂ ਕਰ ਰਹੇ ਹਾਂ ਐਂਡ ਜੀ, ਮਿਲਾਂਗੇ ਕੱਲ੍ਹ ਇੱਕ ਨਵੇਂ ਵਲੋਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।